सरकार सेंटर दीयां नीतियां चा उन्हां दे नाल रलदी जांदी आ। ਤਾਂ ਸਰਕਾਰ ਜਿਹੜੇ ਇਲੈਕਸ਼ਨਾਂ ਤੋਂ ਪਹਿਲਾਂ ਤਾਂ ਇਹਦਾ ਵਿਰੋਧ ਕਰਦੇ ਸੀ, ਹੁਣ ਸਰਕਾਰ ਦੇ ਜਿਹੜੇ ਸੈਂਟਰ ਦੀ ਪਾਲਿਸੀ ਆ ਉਹਦੇ ਹੱਕ 'ਚ ਇਹ ਹਮਾਇਤ ਦੇ ਰਿਹਾ। ਜੇ ਅੱਜ ਉਹ ਜੰਗਲ ਵੱਢਣਗੇ, ਕੱਲ੍ਹ ਨੂੰ ਇੰਡਸਟਰੀ ਲਾਉਣਗੇ, ਤਾਂ ਜਿਹੜਾ ਉਹਦੀ ਵੇਸਟ ਹੋਊਗੀ ਉਹ ਸਾਰੀ ਇਹਨਾਂ ਨੇ ਸਤਲੁਜ 'ਚ ਡਰੇਨ ਆਊਟ ਕਰਨੀ ਆ। ਲੋਕਾਂ ਨੇ ਇੱਕ ਬਦਲਾਅ ਦੇਖਿਆ ਸੀ ਵੀ ਇਹ ਪੰਜਾਬ ਦੀ ਗੱਲ ਕਰਨਗੇ, ਪਰ ਇਹ ਵੀ ਸੈਂਟਰ ਦੀ ਝੋਲੀ 'ਚ ਜਾ ਕੇ ਪੈ ਗਏ। ਉਹ ਸਤਲੁਜ ਦਰਿਆ ਨੂੰ ਸਤਲੁਜ ਨੂੰ ਇੱਕ ਨਾਲਾ ਬਣਾਉਣ ਦੇ ਨੀਤੀਆਂ 'ਤੇ ਲੱਗੇ ਹੋਏ ਆ। ਸਾਡੇ ਨਾਲ ਮਨਦੀਪ ਸਿੱਧੂ ਜੀ ਨੇ, ਆਪਾਂ ਉਹਨਾਂ ਤੋਂ ਜਾਣਾਂਗੇ ਕਿ ਸਰਕਾਰ ਦੀ ਇਹੋ ਜਿਹੀ ਕੀ ਮਜਬੂਰੀ ਆ। ਸੱਤਾ 'ਚ ਹੋਣ ਤੋਂ ਪਹਿਲਾਂ 3 ਮਹੀਨਿਆਂ ਦੀ ਗੱਲ ਆ, ਸਰਕਾਰ ਉਦੋਂ ਕਹਿੰਦੀ ਸੀ ਕਿ ਇਹ ਜਿਹੜਾ ਉਜਾੜਾ ਕੀਤਾ ਜਾ ਰਿਹਾ ਗਲਤ ਕੀਤਾ ਜਾ ਰਿਹਾ, ਬਾਈ ਸਰਕਾਰ ਦੀ ਕੀ ਮਜਬੂਰੀ ਲੱਗਦੀ ਹੈ ਜੀ? ਦੇਖੋ, ਸਰਕਾਰ ਦੀ ਮਜਬੂਰੀ ਹੈ ਵੀ ਸਰਕਾਰ ਸੈਂਟਰ ਦੀਆਂ ਜਿਹੜੀਆਂ ਉੱਥੋਂ ਬਾਹਰ ਹੋ ਕੇ ਨਹੀਂ ਚੱਲਣਾ ਚਾਹੁੰਦੀ ਗੀ ਜੀ, ਸੈਂਟਰ ਦੀਆਂ ਨੀਤੀਆਂ 'ਚ ਉਹਨਾਂ ਦੇ ਨਾਲ ਰਲਦੀ ਜਾਂਦੀ ਆ। ਇਹੀ ਪਹਿਲਾਂ ਤਾਂ ਸਰਕਾਰ ਜਿਹੜੇ ਇਲੈਕਸ਼ਨਾਂ ਤੋਂ ਪਹਿਲਾਂ ਤਾਂ ਇਹਦਾ ਵਿਰੋਧ ਕਰਦੇ ਸੀ, ਹੁਣ ਸਰਕਾਰ ਦੇ ਜਿਹੜੇ ਸੈਂਟਰ ਦੀ ਪਾਲਿਸੀ ਆ ਉਹਦੇ ਹੱਕ 'ਚ ਇਹ ਹਮਾਇਤ ਦੇ ਰਿਹਾ। ਇਹ ਬਹੁਤ ਗਲਤ ਗੱਲ ਹੋ ਰਹੀ ਹੈਗੀ। ਜੇ ਅੱਜ ਉਹ ਜੰਗਲ ਵੱਢਣਗੇ, ਕੱਲ੍ਹ ਨੂੰ ਇੰਡਸਟਰੀ ਲਾਉਣਗੇ, ਤਾਂ ਜਿਹੜਾ ਉਹਦੀ ਵੇਸਟ ਹੋਊਗੀ ਉਹ ਸਾਰੀ ਇਹਨਾਂ ਨੇ ਸਤਲੁਜ 'ਚ ਡਰੇਨ ਆਊਟ ਕਰਨੀ ਆ। ਤਾਂ ਇਹਦੇ ਨਾਲ ਇਹ ਵਾਟਰ ਪੋਲਿਊਸ਼ਨ, ਏਅਰ ਪੋਲਿਊਸ਼ਨ ਦੋਨੇ ਤਿੰਨੇ ਚੀਜ਼ਾਂ ਨੂੰ ਇਫੈਕਟ ਕਰੂਗਾ, ਤੋ ਜੋ ਕਿ ਆਪਣੇ ਇਨਵਾਇਰਮੈਂਟ ਲਈ, ਕਿ ਆਪਣੇ ਪੰਜਾਬ ਲਈ ਬਹੁਤ ਹਾਨੀਕਾਰਕ ਆ। ਬਾਈ, ਇਦੂ ਬਿਨਾਂ ਜਿਹੜੇ ਸਰਕਾਰ 3 ਮਹੀਨਿਆਂ ਦੇ ਵਿੱਚ ਹੀ ਬਹੁਤ ਸਾਰੇ ਮਾਮਲਿਆਂ 'ਤੇ ਘਿਰੀ ਆ, ਇਕੱਲਾ ਮੱਤੇਵਾੜਾ ਨਹੀਂ, ਹੋਰ ਬਹੁਤ ਸਾਰੇ ਮਾਮਲਿਆਂ 'ਤੇ, ਜਿਵੇਂ ਚੰਡੀਗੜ੍ਹ ਬਿਆਨ ਆਇਆ ਚੰਡੀਗੜ੍ਹ ਵਾਲੇ ਮਾਮਲੇ 'ਤੇ, ਉਹਨਾਂ ਨੇ ਚੰਡੀਗੜ੍ਹ ਹੱਕ ਲੈਣ ਦੀ ਬਜਾਏ ਓਪੋਜੀਸ਼ਨ ਕਹਿ ਰਹੀ ਆ ਕਿ ਉੱਥੋਂ ਜ਼ਮੀਨ ਲੈਣ ਦੀ ਗੱਲ ਕੀਤੀ ਹੈ ਜਦੋਂ ਲਿਖਤੀ ਰੂਪ ਦੇ ਵਿੱਚ ਚੰਡੀਗੜ੍ਹ ਪੰਜਾਬ ਦਾ, ਇੱਦਾਂ ਦੀਆਂ ਗੱਲਾਂ 'ਤੇ ਸਰਕਾਰ ਕਿਉਂ ਨਹੀਂ ਸਟੈਂਡ ਲੈ ਰਹੀ? ਦੇਖੋ, ਸਰਕਾਰ ਆਪਣੀ, ਸਰਕਾਰ ਦੀਆਂ ਮਜਬੂਰੀਆਂ, ਸਰਕਾਰ ਜੇ ਆਪਾਂ ਕਹਿ ਲਈਏ ਪਹਿਲਾਂ ਹੀ ਸੈਂਟਰ ਦੇ ਹੱਕ 'ਚ ਚੱਲਦੀ ਆ, ਦਿੱਲੀ ਤੋਂ ਚੱਲਦੀ ਆ, ਜਿੰਨਾ ਚਿਰ ਪੰਜਾਬ ਦੀ ਗੱਲ ਨਹੀਂ ਕਰਨਗੇ, ਪੰਜਾਬ ਦੇ ਹਮਾਇਤ 'ਚ ਨਹੀਂ ਖੜਨਗੇ, ਉਨਾ ਚਿਰ ਇਹੋ ਜਿਹੇ ਫੈਸਲੇ ਨਹੀਂ ਲੈ ਸਕਦੀ ਗੀ। ਇਹੀ ਤਾਂ ਗੱਲ ਆ, ਜੇ ਪੰਜਾਬ ਬਾਰੇ ਸੋਚਣਾ ਤਾਂ ਪੰਜਾਬ ਬਾਰੇ ਹੀ ਸੋਚਣਾ ਪਊਗਾ। ਉਹਦੇ ਇਹ ਨਹੀਂ ਗੇ ਵੀ ਜੋ ਦਿੱਲੀ ਫੈਸਲਾ ਕਰੂਗੀ ਉਹ ਪੰਜਾਬ 'ਤੇ ਥੋਪਿਆ ਜਾਊਗਾ। ਪੰਜਾਬ ਦੇ ਹਿੱਤ ਲਈ ਕਰਨ ਲਈ ਪੰਜਾਬ ਦੀ ਹੀ ਗੱਲ ਕਰਨੀ ਪਊ, ਪੰਜਾਬ ਦੇ ਫਾਇਦਿਆਂ ਦੀ। ਤਾਂ ਹੀ ਲੋਕਾਂ ਨੇ ਇੱਕ ਬਦਲਾਅ ਦੇਖਿਆ ਸੀ ਵੀ ਇਹ ਪੰਜਾਬ ਦੀ ਗੱਲ ਕਰਨਗੇ, ਪਰ ਇਹ ਵੀ ਸੈਂਟਰ ਦੀ ਝੋਲੀ 'ਚ ਜਾ ਕੇ ਪੈ ਗਏ। ਇਸ ਚੀਜ਼ ਦਾ ਨਹੀਂ ਕਿਸੇ ਨੂੰ ਪਤਾ ਸੀ। ਜਿਹੜੀ ਇੰਨੀ ਇੰਡਸਟਰੀ ਜਿਹਦੀ ਲੱਗੀ ਹੋਈ ਆ, ਲੈਦਰ ਇੰਡਸਟਰੀ ਆ, ਹੋਰ ਕਈ ਤਰ੍ਹਾਂ ਦੀ ਇੰਡਸਟਰੀ ਆ ਜਿਹੜੀ ਕੈਮੀਕਲ ਸੁੱਟ ਰਹੀ ਆ, ਉਹਨੂੰ ਰੋਕਣ ਦਾ ਕੋਈ ਪਲਾਨ ਲੈ ਕੇ ਆਉਣ ਦੀ ਬਜਾਏ ਸਰਕਾਰ ਤਾਂ ਹੋਰ ਪਾਸੇ ਨੂੰ ਤੁਰੀ ਹੋਈ ਆ। ਦੇਖੋ, ਇਹੀ ਵਾਟਰ ਪੋਲਿਊਸ਼ਨ ਤਾਂ ਇੱਕ ਤਰ੍ਹਾਂ ਨਾਲ, ਜੇ ਆਪਾਂ ਕਹਿ ਲਈਏ ਲੁਧਿਆਣੇ ਦੀ ਕਿੰਨੀ ਇੰਡਸਟਰੀ ਆ, ਸਾਰਾ ਉਹ ਜਿਹੜਾ ਬੁੱਢਾ ਦਰਿਆ ਨੂੰ ਬੁੱਢਾ ਨਾਲਾ ਬਣਾਉਣ 'ਚ ਕੀਤਾ, ਹੁਣ ਉਹੀ ਉਹ ਸਤਲੁਜ ਦਰਿਆ ਨੂੰ ਸਤਲੁਜ ਨੂੰ ਇੱਕ ਨਾਲਾ ਬਣਾਉਣ ਦੇ ਨੀਤੀਆਂ 'ਤੇ ਲੱਗੇ ਹੋਏ ਆ। ਜੋ ਕਿ ਇਹ ਮੇਰੀ ਸਾਰਿਆਂ ਨੂੰ ਇਹੀ ਅਪੀਲ ਆ ਵੀ ਸਭ ਇੱਥੇ ਨੌਜਵਾਨ, ਸਭ ਜਿੰਨੇ ਵੀ ਹੈਗੇ ਆ, ਕਿ ਸਭ ਇੱਥੇ ਇਕੱਠੇ ਹੋਈਏ, ਇੱਕ ਪ੍ਰੋਟੈਸਟ ਬਣੀਏ, ਜਿਵੇਂ ਆਪਾਂ ਦਿੱਲੀ ਮੋਰਚਾ ਕਾਮਯਾਬ ਕੀਤਾ, ਇਹਨੂੰ ਵੀ ਆਪਾਂ ਕਾਮਯਾਬ ਕਰੀਏ। ਜੇ ਸਰਕਾਰ ਨਹੀਂ ਅੱਗੇ ਝੁਕਦੀ ਤਾਂ ਮੋਰਚਾ ਕਿੱਧਰ ਨੂੰ ਜਾਊਗਾ, ਮੋਰਚੇ ਦਾ ਕੀ ਲੱਗਦਾ? ਦੇਖੋ, ਇਹ ਤਾਂ ਜੁਆਇੰਟ ਡਿਸੀਜਨ ਆ, ਸਾਰੇ ਜਿਹੜੇ ਇੱਥੇ ਬੈਠੇ ਆ ਫੈਸਲਾ ਜੁਆਇੰਟ ਲਵਾਂਗੇ, ਜਿਸ ਤਰ੍ਹਾਂ ਵੀ ਹੋਇਆ ਪੂਰਾ ਸਮਰਥਨ ਦੇਵਾਂਗੇ ਅਤੇ ਸਾਰੇ ਇਕੱਠੇ ਹੋ ਕੇ ਚੱਲਾਂਗੇ। ਫਿਰ ਵੀ ਕੀ ਪਲਾਨ ਹੈ, ਜੁਆਇੰਟ ਵੀ ਜੇ ਕੁਛ ਕਰਨਾ ਹੋਵੇ ਅੱਗੇ ਨੂੰ ਕੀ ਪਲਾਨ ਲੱਗਦਾ? ਦੇਖੋ, ਉਹ ਤਾਂ ਬਹਿ ਕੇ ਡਿਸਾਈਡ ਹੋਊਗਾ ਜੀ ਜੋ ਹੈਗਾ, ਪਰ ਜੋ ਸਰਕਾਰ ਦੇ ਫੈਸਲੇ ਆ ਉਹ ਸਰਕਾਰ ਨੂੰ ਉਸ 'ਚ ਕਾਮਯਾਬ ਨਹੀਂ ਹੋਣ ਦੇਵਾਂਗੇ, ਜੋ ਵੀ ਇਹਦੇ ਪਿੱਛੇ ਕਰਨਾ ਪਿਆ ਕਰਾਂਗੇ।